ਨਾਲ ਦਾ ਪਿੰਡ ਕਿਹੜਾ ਜਿਹੜਾ ਦੱਸ ਰਹੀ ਸੀ ਪਿੱਛੇ ਜਿਹੇ ਨਾਲ ਨਗਲ ਉੱਪਰ ਮੈਂ ਇਸ ਵੇਲੇ ਪਿੰਡ ਰਸਨਹੇੜੀ 'ਚ ਆ ਜਿਹੜਾ ਲਾਂਡਰਾਂ ਦੇ ਨਜ਼ਦੀਕ ਆ ਥੋੜ੍ਹੇ ਦਿਨ ਪਹਿਲਾਂ ਅਸੀਂ ਡਾਉ ਮਾਜਰਾ ਦੇ ਵਿੱਚ ਇੱਕ ਸਮਾਰਟ ਸਕੂਲ ਦਾ ਸ਼ੁਰੂਆਤ ਕੀਤੀ ਸੀ ਜਸਤੇਜ ਸਿੰਘ ਸੋਮਲ ਆਸਟ੍ਰੇਲੀਆ ਦੇ ਜਿਹੜੇ ਰਹਿਣ ਵਾਲੇ ਨੇ ਡਾਉ ਮਾਜਰਾ ਤੋਂ ਨੇ ਉਹਨਾਂ ਦੀ ਉਹ ਪਹਿਲ ਸੀ ਔਰ ਹੁਣ ਉਹਨਾਂ ਦੇ ਬਦੌਲਤ ਉਹਨਾਂ ਦੀ ਪਹਿਲਕਦਮੀ ਦੇ ਨਾਲ ਇੱਕ ਅਸੀਂ ਹੋਰ ਸਕੂਲ ਦੇ ਵਿੱਚ ਇਸ ਵੇਲੇ ਆਏ ਹਾਂ ਰਸਨਹੇੜੀ ਦੇ ਇਸ ਪ੍ਰੋਜੈਕਟ ਨੂੰ ਕੁਲਵਿੰਦਰ ਸਿੰਘ ਦੇ ਥਰੂ ਅਸੀਂ ਇਹ ਸ਼ੁਰੂਆਤ ਕਰ ਰਹੇ ਹਾਂ ਔਰ ਇਹਦੇ ਸਪੌਂਸਰ ਨੇ ਆਸਟ੍ਰੇਲੀਆ ਤੋਂ ਹੀ ਸਿਡਨੀ ਤੋਂ ਜਤਿੰਦਰ ਸਿੰਘ ਸਨ ਆਫ ਜਸਮੇਰ ਸਿੰਘ ਉਹ ਵੈਸੇ ਕੁੰਬੜਾ ਦੇ ਰਹਿਣ ਵਾਲੇ ਆ ਪਰ ਉਹਨਾਂ ਨੇ ਹੀ ਇਜ਼ ਬਿਨ ਵੈਰੀ ਕਾਈਂਡ ਉਹਨਾਂ ਨੇ ਕਿਹਾ ਜੀ ਠੀਕ ਆ ਤੁਸੀਂ ਰਸਨਹੇੜੀ ਦੇ ਵਿੱਚ ਸਮਾਰਟ ਸਕੂਲ ਦਾ ਜਿਹੜਾ ਪ੍ਰੋਜੈਕਟ ਆ ਇਹ ਚਲਾ ਲਓ ਸੋ ਮੇਰੇ ਨਾਲ ਇਸ ਵੇਲੇ ਕੁਲਵਿੰਦਰ ਸਿੰਘ ਜਿਹੜੇ ਖਰੜ ਦੇ ਰਹਿਣ ਵਾਲੇ ਆ ਜਿਨ੍ਹਾਂ ਦੇ ਮਾਰਫਤ ਇਹ ਸਾਰਾ ਕੰਮ ਇੱਥੇ ਹੋ ਰਿਹਾ ਵਾ ਉਹ ਵੀ ਇਸ ਵੇਲੇ ਨਾਲ ਨੇ ਕੁਲਵਿੰਦਰ ਸਿੰਘ ਔਰ ਸਾਡੇ ਨਾਲ ਟੀਚਰਸ ਸਕੂਲ ਦੀਆਂ ਟੀਚਰਸ ਪ੍ਰਭਜੋਤ ਕੌਰ ਜਿਹੜੇ ਸਕੂਲ ਦੇ ਵਿੱਚ ਪੜ੍ਹਾਉਂਦੇ ਆ ਨੀਤੂ ਬਾਲਾ ਜਿਹੜੇ ਪੜ੍ਹਾਉਂਦੇ ਆ ਔਰ ਅਸੀਂ ਰਿਕੁਐਸਟ ਕੀਤਾ ਸੀਗਾ ਪ੍ਰਭਜੋਤ ਕੌਰ ਨੂੰ ਜਿਹੜੇ ਨਾਲ ਦੇ ਸਕੂਲ ਦੇ ਵਿੱਚ ਪੜ੍ਹਾਉਂਦੇ ਆ ਉਹ ਵੀ ਆਉਣ ਸ਼ਾਇਦ ਆਏ ਸੀਗੇ ਪਰ ਉਹ ਫਿਰ ਮੈਂ ਸਕੂਲ ਦੇ ਵਿੱਚ ਵਾਪਸ ਆਏ ਆ ਸਾਡੀ ਕੋਸ਼ਿਸ਼ ਆ ਵੀ ਇਹ ਹਰ ਪਿੰਡ ਦੇ ਵਿੱਚ ਜਾ ਕੇ ਅਸੀਂ ਇਹ ਸ਼ੁਰੂਆਤ ਕਰੀਏ ਕੁਝ ਪਿੰਡਾਂ ਦੇ ਵਿੱਚ ਜਿਵੇਂ ਮੈਡਮ ਨੇ ਦੱਸਿਆ ਵੀ ਉਹਨਾਂ ਦੇ ਪਿੰਡ ਦੇ ਬੱਚੇ ਹੀ ਇਸ ਵੇਲੇ ਹੈ ਨਹੀਂ ਗੇ ਇਸੇ ਕਰਕੇ ਇਹਨਾਂ ਦੀ ਉੱਥੋਂ ਟ੍ਰਾਂਸਫਰ ਹੋ ਗਈ ਆ ਸਾਡੀ ਕੋਸ਼ਿਸ਼ ਆ ਵੀ ਇਹ ਜਿਹੜੇ ਸਕੂਲਾਂ ਦੇ ਵਿੱਚ ਇਸ ਵੇਲੇ ਇੱਥੇ 45-50 ਬੱਚੇ ਆ ਸਕੂਲ ਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਜਿੰਨੇ ਵੀ ਪ੍ਰਾਈਵੇਟ ਬੱਸਾਂ ਇੱਥੇ ਆਉਂਦੀਆਂ ਵਾ ਹੌਲੀ ਹੌਲੀ ਉਹਨਾਂ 'ਚ ਉਹ ਘਟਣ ਅਤੇ ਜ਼ਿਆਦਾ ਬੱਚੇ ਜਿਹੜੇ ਆ ਇਹ ਸਰਕਾਰੀ ਸਕੂਲਾਂ ਦੇ ਵਿੱਚ ਆਉਣ ਸਾਡੀ ਕੋਸ਼ਿਸ਼ ਹੋਊਗੀ ਵੀ ਜਿਵੇਂ ਇੱਥੇ ਅਸੀਂ ਸਮਾਰਟ ਸਕੂਲ ਬਣਾਇਆ ਵਾ ਇਸੇ ਤਰ੍ਹਾਂ ਹੀ ਹੋਰ ਵੀ ਕੁਝ ਉਪਰਾਲੇ ਕਰੀਏ ਤਾਂ ਕਿ ਇੱਥੇ ਹੁਣ 45 ਬੱਚੇ ਆ ਪਹਿਲ ਸਾਡੀ ਜਿਹੜੀ ਆ ਉਹ ਸਰਕਾਰੀ ਸਕੂਲ ਹੋਣੀ ਚਾਹੀਦੇ ਆ ਸੋ ਇਹ ਬਹੁਤ ਚੰਗਾ ਉਪਰਾਲਾ ਵਾ ਮੈਂ ਜਤਿੰਦਰ ਸਿੰਘ ਕੁਲਵਿੰਦਰ ਸਿੰਘ ਇਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਮੇਰੇ ਪਾਰਟੀ ਦੇ ਸਹਿਯੋਗੀ ਸਾਰੇ ਇਸ ਵੇਲੇ ਨਾਲ ਦੇ ਮੈਂ ਨਾਂ ਨਹੀਂ ਲੈਣਾ ਕਿਉਂਕਿ ਜੇ ਇੱਕ ਦਾ ਨਾਂ ਲਿਆ ਤਾਂ ਬਾਕੀ ਰਹਿ ਜਾਣਗੇ ਇਹ ਇਹਨਾਂ ਨੇ ਬੜੀ ਵੱਡੀ ਤਾਦਾਦ ਦੇ ਵਿੱਚ ਇੱਥੇ ਸਾਰੇ ਸੱਜਣ ਆਏ ਆ ਮੈਨੂੰ ਇਹਨਾਂ ਦੇ ਨਾਲ ਇੱਥੇ ਇਸ ਸਮਾਰਟ ਸਕੂਲ ਨੂੰ ਇਨੋਗਰੇਟ ਕਰਕੇ ਬੇਹੱਦ ਖੁਸ਼ੀ ਆ ਔਰ ਅਸੀਂ ਇਹੋ ਹੀ ਉਪਰਾਲਾ ਜਿਹੜਾ ਵਾ ਹੌਲੀ ਹੌਲੀ ਅੱਗੇ ਲੈ ਕੇ ਜਾਵਾਂਗੇ ਇਸ ਤੋਂ ਬਾਅਦ ਅਸੀਂ ਰਡਿਆਲਾ ਪਿੰਡ ਆ ਉੱਥੇ ਜਾ ਰਹੇ ਹਾਂ ਔਰ ਉੱਥੇ ਵੀ ਇਸ ਤਰ੍ਹਾਂ ਹੀ ਸਮਾਰਟ ਸਕੂਲ ਦੀ ਅਸੀਂ ਇਨੋਗਰੇਸ਼ਨ ਕਰਨੀ ਆ ਸੋ ਮੈਡਮ ਬਾਲਾ ਰਿਤੂ ਬਾਲਾ ਔਰ ਪ੍ਰਭਜੋਤ ਕੌਰ ਔਰ ਬੱਚੇ ਜਿਹੜੇ ਆ ਇਹ ਸਾਰਿਆਂ ਦਾ ਮੈਂ ਬਹੁਤ ਤਹਿ ਦਿਲੋਂ ਔਰ ਇਹਦੇ ਜਿਹੜੇ ਪੇਰੈਂਟਸ ਆ ਮਾਂ ਬਾਪ ਆ ਜਿਹੜੇ ਪਿੰਡ ਦੇ ਲੋਕ ਨੇ ਜਿਹੜੇ ਸਰਪੰਚ ਸਾਹਿਬ ਮੇਰੇ ਨਾਲ ਨੇ ਸਰਪੰਚ ਸਾਹਿਬ ਕੀ ਨਾਂ ਸਰਪੰਚ ਸਾਹਿਬ ਦਲਜਿੰਦਰ ਸਿੰਘ ਅਸੀਂ ਪਾਰਟੀਆਂ ਤੋਂ ਉੱਠ ਕੇ ਆਪਾਂ ਇਹ ਕੰਮ ਕਰਨਾ ਵਾ ਇਹ ਕਿਸੇ ਪਾਰਟੀ ਦਾ ਸਾਡੀ ਕੋਸ਼ਿਸ਼ ਆ ਵੀ ਆਪਾਂ ਪਾਰਟੀ ਤੋਂ ਉੱਤੇ ਉੱਠ ਕੇ ਪਿੰਡ ਨੂੰ ਨਾਲ ਲੈ ਕੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਕੰਮ ਕਰੀਏ ਤਾਂ ਕਿ ਇਹ ਪਿੰਡ ਦਾ ਸਕੂਲ ਜਿਹੜਾ ਵਾ ਹੋਰ ਕੰਮ ਹਾਂਜੀ ਹਾਂਜੀ ਸਾਡੇ ਮੈਂ ਦੱਸਿਆ ਵਾ ਵੀ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਇਸ ਵੇਲੇ ਜਿਹੜੇ ਵਰਕਰ ਆ ਉਹ ਵੀ ਨਾਲ ਨੇ ਹੋਰ ਪਾਰਟੀਆਂ ਦੇ ਵੀ ਨਾਲ ਨੇ ਸੱਜਣ ਸੋ ਮੈਂ ਇਸ ਕਰਕੇ ਜਾਣ ਕੇ ਮੈਂ ਨਾਂ ਨਹੀਂ ਲੈ ਰਿਹਾ ਕਿਸੇ ਦਾ ਕਿਉਂਕਿ ਅਸੀਂ ਇਹ ਪਾਰਟੀਆਂ ਤੋਂ ਉੱਤੇ ਉੱਠ ਕੇ ਇਹ ਕੰਮ ਕਰਨਾ ਵਾ ਪਿੰਡ ਦੀ ਸਹਿਯੋਗ ਦੇ ਨਾਲ ਇਹ ਕੰਮ ਕਰਨਾ ਬਹੁਤ ਧੰਨਵਾਦ